ਰੇਡੀਓ ਹਾਂਜੀ 1674 ਐਮ ਦੋਸਤੋ। ਹੁਣ ਸਮਾਂ ਹੋ ਚੁੱਕਾ ਵਾ ਇਸ ਸਮੇਂ ਡਾਕਟਰ ਸੰਦੀਪ ਭਗਤ ਹੋਰਾਂ ਦੇ ਨਾਲ ਗੱਲਬਾਤ ਕਰਨ ਦਾ। ਸੋ ਹਰ ਬੁੱਧਵਾਰ ਸਾਡੇ ਨਾਲ ਇਹ ਜੁੜਦੇ ਨੇ ਅਤੇ ਅਲੱਗ ਅਲੱਗ ਬਿਮਾਰੀਆਂ ਦੇ ਉੱਤੇ ਕਿੱਦਾਂ ਉਹਨਾਂ ਤੋਂ ਆਪਾਂ ਬਚਣਾ, ਕੀ ਉਹਨਾਂ ਦੇ ਰੋਕਥਾਮ ਨੇ ਅਤੇ ਕੀ ਉਹਨਾਂ ਦੇ ਲੱਛਣ ਨੇ, ਸੋ ਉਹਦੇ ਬਾਰੇ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਨੇ। ਸੋ ਅੱਜ ਫਿਰ ਇੱਕ ਵਾਰੀ ਸਾਡੇ ਨਾਲ ਲਾਈਨ ਦੇ ਉੱਤੇ ਮੌਜੂਦ ਨੇ ਡਾਕਟਰ ਸੰਦੀਪ ਭਗਤ। ਜਾਣਦੇ ਹਾਂ ਅੱਜ ਕਿਹੜੀ ਅਵੇਅਰਨੈਸ ਸਾਡੇ ਭਾਈਚਾਰੇ ਦੇ ਲਈ ਲੈ ਕੇ ਆਏ ਨੇ। ਹਾਂਜੀ ਡਾਕਟਰ ਸਾਹਿਬ, ਤੁਸੀਂ ਆਨ ਏਅਰ ਹੋ ਇਸ ਟਾਈਮ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਔਰ ਅੱਜ ਦਾ ਜਿਹੜਾ ਮੈਂ ਹੈਲਥ ਟੌਪਿਕ ਤੇ ਗੱਲ ਕਰਨ ਜਾ ਰਿਹਾ ਉਹ ਸਟ੍ਰੋਕ ਹੈ। ਇਹ ਹਫ਼ਤਾ ਆਸਟ੍ਰੇਲੀਆ ਦੇ ਵਿੱਚ ਸਟ੍ਰੋਕ ਵੀਕ ਤਰ੍ਹਾਂ ਮਨਾਇਆ ਜਾ ਰਿਹਾ ਤੇ ਸਟ੍ਰੋਕ ਨੂੰ ਪੰਜਾਬੀ 'ਚ ਆਪਾਂ ਕਈ ਨਾਵਾਂ ਨਾਲ ਜਾਣਦੇ ਹਾਂ। ਲਕਵਾ ਕਹਿ ਲਓ, ਅਧਰੰਗ ਹੋ ਗਿਆ ਜਾਂ ਇੱਕ ਪਾਸਾ ਮਰ ਗਿਆ ਜਾਂ ਜਿਸ ਤਰ੍ਹਾਂ ਵੀ ਹੈ। ਸੋ ਕਹਿਣ ਦਾ ਮਤਲਬ ਵੀ ਦਿਮਾਗ ਦਾ ਇੱਕ ਕੋਈ ਜਿਹੜਾ ਹਿੱਸਾ ਜਦੋਂ ਕੰਮ ਕਰਨਾ ਕਿਸੇ ਕਾਰਨਾਂ ਕਰਕੇ ਰੁਕ ਜਾਂਦਾ ਤੇ ਉਹ ਸਟ੍ਰੋਕ ਅਸੀਂ ਕਹਿੰਦੇ ਹਾਂ। ਤੇ ਇਸ ਲਈ ਜਾਣਨਾ ਜ਼ਰੂਰੀ ਹੈ ਵੀ ਕਿ ਨੋਰਮਲ ਕੀ ਹੈ ਪਹਿਲਾਂ, ਤਾਂ ਹੀ ਆਪਾਂ ਨੂੰ ਜਿਹੜਾ ਬਿਮਾਰੀ ਬਾਰੇ ਥੋੜ੍ਹੀ ਸਮਝ ਆਏਗੀ। ਦਿਮਾਗ ਸਾਡਾ ਸਾਰੇ ਸਾਡੀ ਜਿਹੜੀ ਸਪੀਚ ਹੈ, ਬੋਲੀ ਹੈ, ਹੱਥ ਪੈਰ ਹਿਲਾਉਂਦੇ ਹਾਂ ਜਾਂ ਜਿਹੜੀਆਂ ਸਾਡੀਆਂ ਨੈਣ ਪ੍ਰੈਣ ਜਿਹੜਾ ਮਹਿਸੂਸ ਕਰਦੇ ਹਾਂ, ਸਾਡਾ ਟੱਚ ਹੈ ਜਾਂ ਸਮੈਲ ਹੈ ਜਾਂ ਅੱਖਾਂ ਨੇ, ਸਾਡੀ ਰੋਸ਼ਨੀ ਹੈ, ਜਿੰਨੀਆਂ ਵੀ ਸੈਂਸਿਸ ਹੈ, ਇਹ ਸਾਰਿਆਂ ਦਾ ਮਾਸਟਰ ਸੈਂਟਰ ਜਿਹੜਾ ਬ੍ਰੇਨ 'ਚ ਬੈਠਾ। ਤੇ ਦਿਮਾਗ ਨੂੰ ਸਹੀ ਕੰਮ ਕਰਨ ਲਈ ਤੇ ਉਹਦਾ ਖੂਨ ਦਾ ਦੌਰਾ ਉਹਦਾ ਬਣਿਆ ਰਹਿਣਾ ਚਾਹੀਦਾ, ਕਿਉਂਕਿ ਨਾੜਾਂ ਸਾਰੀਆਂ ਨੱਕ ਆਪਣੀ ਗਰਦਨ ਤੋਂ ਹੋ ਕੇ ਦਿਮਾਗ 'ਚ ਜਾਂਦੀਆਂ ਤੇ ਦਿਮਾਗ ਕੋਲ ਬਲੱਡ ਫਲੋ ਲੈਣ ਦਾ ਹੋਰ ਕੋਈ ਸਾਧਨ ਨਹੀਂ ਹੈ। ਤੇ ਜੇ ਨੈਕ ਦੇ ਵਿੱਚੋਂ ਗਰਦਨ 'ਚੋਂ ਜਿਹੜੀਆਂ ਨਾੜਾਂ ਉੱਤੇ ਖੂਨ ਲੈ ਕੇ ਜਾ ਰਹੀਆਂ, ਜੇ ਉਹ ਬਿਲਕੁਲ ਠੀਕ ਤਰ੍ਹਾਂ ਨੂੰ ਖੂਨ ਦੇ ਰਹੀਆਂ, ਨਿਊਟ੍ਰੀਸ਼ਨ ਦੇ ਰਹੀਆਂ, ਤਾਂ ਦਿਮਾਗ ਸਾਡਾ ਹਮੇਸ਼ਾ ਸਹੀ ਕੰਮ ਕਰਦਾ। ਤੇ ਇਸ ਕਰਕੇ ਇਹ ਵੀ ਜਾਣਨਾ ਜ਼ਰੂਰੀ ਹੈ ਵੀ ਦਿਮਾਗ ਦੇ ਕੁਛ ਹਿੱਸੇ ਨੇ ਜਿਹੜੇ ਸਾਡੀ ਸਪੀਚ ਏਰੀਆ ਨੇ, ਜਿੱਦਾਂ ਬੋਲੀ ਬਾਰੇ ਨੇ, ਕੁਛ ਹਿੱਸੇ ਆ ਜਿਹੜੀ ਸਾਡੀ ਬਾਹਾਂ ਨੂੰ ਕੰਟਰੋਲ ਕਰਦੇ ਆ, ਕੁਛ ਸਾਡੇ ਲੱਤਾਂ ਨੂੰ, ਕੁਛ ਸੈਂਸਿਸ ਨੂੰ। ਤੇ ਸਟ੍ਰੋਕ ਦਾ ਮਤਲਬ ਇਹ ਹੁੰਦਾ ਵੀ ਦਿਮਾਗ ਦਾ ਕੋਈ ਹਿੱਸਾ ਕਿਸੇ ਕਾਰਨ ਕਰਕੇ ਖੂਨ ਦਾ ਦੌਰਾ ਰੁਕ ਗਿਆ ਉੱਥੇ, ਤੇ ਉਹ ਖੂਨ ਦਾ ਦੌਰਾ ਰੁਕਣ ਕਰਕੇ ਉਹ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ। ਔਰ ਦਿਮਾਗ ਦਾ ਟਿਸ਼ੂ ਏਦਾਂ ਦਾ ਵੀ ਇਹ ਜ਼ਿਆਦਾ ਦੇਰ ਖੂਨ ਦੇ ਦੌਰੇ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ, ਤੇ ਇੱਕ ਵਾਰੀ ਇਹ ਡੈਮੇਜ ਹੋ ਜਾਵੇ ਤੇ ਰਿਪੇਅਰ ਵੀ ਇਹਦਾ ਹੋਣਾ ਬਹੁਤ ਮੁਸ਼ਕਲ ਹੈ। ਤੇ ਦਿਮਾਗ ਕਰੋੜਾਂ ਸੈੱਲਸ ਦਾ ਬਣਿਆ ਹੋਇਆ, ਕਾਫੀ ਸੈੱਲ ਜਿਹੜੇ ਮਰ ਜਾਂਦੇ ਉਹ ਦੁਬਾਰਾ ਆਉਂਦੇ ਨਹੀਂ, ਪਰ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਦੂਸਰੇ ਬਚੇ ਸੈੱਲ ਹੈ ਉਹ ਫੰਕਸ਼ਨ ਫਿਰ ਪਿਕਅਪ ਕਰ ਲੈਂਦੇ ਆ। ਤੋ ਕਲੀਨਿਕਲੀ ਜੇ ਅਸੀਂ ਕਹੀਏ ਵੀ ਕਿੱਦਾਂ ਪਤਾ ਲੱਗਦਾ ਕਿ ਇਹਨੂੰ ਸਟ੍ਰੋਕ ਹੋ ਰਿਹਾ, ਤਾਂ ਜਿਹੜਾ ਸਿਮੈਟ੍ਰੀਕਲ ਹੈ ਖੱਬਾ ਪਾਸਾ ਸੱਜਾ ਪਾਸਾ ਜੀ। ਸੋ ਫਾਸਟ ਵਰਡ ਸਾਰਿਆਂ ਨੂੰ ਮੈਂ ਕਹਾਂਗਾ ਵੀ ਯਾਦ ਰੱਖਣਾ, FAST, ਚਾਰ ਅੱਖਰਾਂ ਬਾਰੇ ਆਪਾਂ ਗੱਲ ਕਰਨ ਲੱਗੇ ਹਾਂ ਜੀ। ਉਹ ਬਾਰੇ ਜਦੋਂ ਗੱਲ ਕਰਦੇ ਹਾਂ, ਐਫ ਹੋ ਗਿਆ ਤੁਹਾਡਾ ਫੇਸ, ਜਦੋਂ ਕਿਸੇ ਦਾ ਇੱਕ ਪਾਸਾ ਚਿਹਰੇ ਦਾ ਡਿੱਗਣ ਦਿਆ, ਸਿਮੈਟਰੀ ਨਹੀਂ ਹੈ, ਤਾਂ ਇਹਦਾ ਮਤਲਬ ਆਪਾਂ ਸਟ੍ਰੋਕ ਬਾਰੇ ਸੋਚਣਾ ਚਾਹੀਦਾ। ਬੰਦਾ ਗੱਲ ਕਰਦੇ ਕਰਦੇ ਇੱਕ ਪਾਸਿਓਂ ਜਿਹੜਾ ਮੂੰਹ ਥੱਲੇ ਲਮਕ ਹੈ, ਥੁੱਕ ਨਿਕਲਣ ਲੱਗ ਪਿਆ, ਬੋਲਿਆ ਨਹੀਂ ਜਾ ਰਿਹਾ। ਸੋ ਦੂਜਾ ਫੇਸ, ਦੂਜਾ ਆਉਂਦਾ ਆਰਮਸ। ਆਰਮਸ ਮੈਨੂੰ ਕਿ ਦੋਵੇਂ ਬਾਹਾਂ 'ਚ ਸਾਡੇ ਬਰਾਬਰ ਤਾਕਤ ਹੁੰਦੀ ਲੱਗ ਹਰ ਵੇਲੇ, ਪਰ ਇੱਕ ਪਾਸੇ ਦੀ ਬਾਂਹ ਜਿਹੜੀ ਕੰਮ ਕਰਨਾ ਬੰਦ ਕਰ ਗਈ ਜਾਂ ਕਮਜ਼ੋਰ ਹੋ ਗਈ ਜਾਂ ਹਿਲਾਈ ਨਹੀਂ ਜਾ ਰਹੀ, ਸੋ ਦੂਸਰਾ ਆਰਮਸ ਹੋ ਗਿਆ। ਤੀਸਰਾ ਆ ਜਾਂਦਾ ਸਪੀਚ, ਕਿ ਬੋਲ ਜਿਹੜੀ ਬੋਲੀ 'ਚ ਫਰਕ ਲੱਗਣ ਡਿਆ ਵੀ ਬੰਦੇ ਕੋਲ ਹੁਣ ਬੋਲਿਆ ਨਹੀਂ, ਜਾਂ ਤਾਂ ਬਿਲਕੁਲ ਬੰਦ ਹੋ ਗਿਆ ਜਾਂ ਸਪੀਚ ਸਲਰ ਹੋ ਗਈ ਹੈ, ਅੱਖਰ ਸਮਝ ਨਹੀਂ ਆ ਰਹੇ ਵੀ ਕਹਿ ਕੀ ਰਿਹਾ। ਤੇ ਜਿਹੜਾ ਟੀ ਹੈ ਫਾਸਟ ਦਾ, ਉਹ ਹੈ ਟਾਈਮ, ਜਿੱਡੀ ਛੇਤੀ ਅਸੀਂ ਉਸ ਵੇਲੇ ਉਸ ਸਟ੍ਰੋਕ ਦੇ ਪੇਸ਼ੈਂਟ ਨੂੰ ਉਹਦੀ ਸਟ੍ਰੋਕ ਯੂਨਿਟ ਯਾਨੀ ਐਮਰਜੈਂਸੀ 'ਚ ਪਹੁੰਚਾ ਦਾਂਗੇ, ਉਨੀ ਛੇਤੀ ਹੋ ਸਕਦਾ ਉਹਦਾ ਜਿਹੜਾ ਖੂਨ ਦਾ ਦੌਰਾ ਵਾਪਸ ਚਲਾਇਆ ਜਾ ਸਕਦਾ। ਜਿੱਡੀ ਛੇਤੀ ਖੂਨ ਦਾ ਦੌਰਾ ਚੱਲ ਪਏਗਾ, ਦਿਮਾਗ ਜਿਹੜਾ ਪਰਮਾਨੈਂਟ ਨੁਕਸਾਨ ਹੋਣ ਤੋਂ ਬਚੇਗਾ ਤੇ ਬੰਦੇ ਦੀ ਰਿਕਵਰੀ ਦੇ ਚਾਂਸ ਜ਼ਿਆਦਾ ਨੇ। ਸੋ ਇਹ ਚਾਰ ਚੀਜ਼ਾਂ ਯਾਦ ਰੱਖੋ, ਫਾਸਟ ਜਿਹੜਾ ਆਪਣਾ ਫੇਸ ਦੇਖੋ, ਆਰਮਸ ਤੇ ਸਪੀਚ, ਤੇ ਤੀਜਾ ਟਾਈਮ, ਬਹੁਤ ਕ੍ਰਿਟੀਕਲ ਹੈ, ਕੋਈ ਟਾਈਮ ਵੇਸਟ ਨਾ ਕਰੋ। ਕਈ ਵਾਰ ਅਸੀਂ ਕੀ ਕਰਦੇ ਹਾਂ, ਕੋਈ ਵੇਟ ਕਰਦੇ ਚੱਲ ਥੋੜ੍ਹੀ ਦੇਰ ਰੁਕ ਜਾ ਸ਼ਾਇਦ ਠੀਕ ਹੀ ਹੋ ਜਾਏ, ਇੱਕ ਮਿੰਟ ਜਿਹੜਾ ਬੜਾ ਕੀਮਤੀ ਹੁੰਦਾ। ਜਿੱਡੀ ਛੇਤੀ ਅਸੀਂ ਐਮਰਜੈਂਸੀ 'ਚ ਉਹਨਾਂ ਨੂੰ ਪਹੁੰਚਾ ਦਿੰਦੇ ਹਾਂ, ਉਹ ਸਕੈਨ ਕਰਦੇ ਆ, ਤੇ ਸਕੈਨ ਦੇ ਮੁਤਾਬਕ ਜੇ ਉਹ ਦਵਾਈ ਦੇ ਕੇ ਖੂਨ ਦਾ ਦੌਰਾ ਚਲਾ ਦਾਂਗੇ ਤਾਂ ਦਿਮਾਗ ਕੰਮ ਕਰਨਾ ਸ਼ੁਰੂ ਕਰ ਦੇਗਾ। ਹੁਣ ਅਗਲਾ ਸਵਾਲ ਆਉਂਦਾ ਵੀ ਇਹ ਕਿਉਂ ਬੰਦ ਹੁੰਦੀਆਂ ਨਾੜਾਂ, ਤੇ ਉਹੀ ਫਿਰ ਜਿਹੜੀਆਂ ਲੌਂਗ ਟਰਮ ਕਰੋਨਿਕ ਡਿਜ਼ੀਜ਼ ਬਾਰੇ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ, ਜਿੱਦਾਂ ਭਾਰ ਜ਼ਿਆਦਾ, ਡਾਇਬਿਟੀਜ਼ ਹੈ, ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ, ਇਹ ਸਾਰੀਆਂ ਕਾਰਨਾਂ ਕਰਕੇ ਨਾੜਾਂ ਦੇ ਵਿੱਚ ਜਾਂ ਤਾਂ ਥੋੜ੍ਹੀ ਚਰਬੀ ਜੰਮ ਗਈ ਹੈ ਜਾਂ ਕਲੋਟ ਜੰਮ ਜਾਂਦੇ ਨੇ ਤੇ ਉਹ ਬਲੌਕ ਹੋ ਜਾਂਦਾ ਬਲੱਡ ਵੈਸਲਸ ਤੇ ਖੂਨ ਅੱਗੇ ਨਹੀਂ ਜਾਂਦਾ।
ਜੀ ਇਹ ਸਾਰੇ ਫੈਕਟਰ ਨੇ ਜਿਹੜੇ ਕਿ ਆਪਾਂ ਕੁਛ ਹੱਦ ਤੱਕ ਮੋਡੀਫਾਈ ਕਰ ਸਕਦੇ ਹਾਂ। ਆਪਣੀ ਰੈਗੂਲਰ ਐਕਸਰਸਾਈਜ਼ ਹੈ, ਬਲੱਡ ਪ੍ਰੈਸ਼ਰ ਸਹੀ ਰੱਖੋ, ਜੇ ਕਿਸੇ ਨੂੰ ਹੈ ਵੀ ਹੈ ਤਾਂ ਦਵਾਈਆਂ ਲਗਾਤਾਰ ਲੈਂਦੇ ਰਹੋ। ਤੇ ਆਪਣੇ ਆਮ ਹੁੰਦਾ ਵੀ ਮਹੀਨਾ ਦਵਾਈ ਖਾਈ ਬਲੱਡ ਪ੍ਰੈਸ਼ਰ ਠੀਕ ਹੋ ਗਿਆ, ਕਹਿੰਦੇ ਹੁਣ ਮੈਂ ਠੀਕ ਹਾਂ, ਦਵਾਈਆਂ ਦੀ ਲੋੜ ਨਹੀਂ। ਜੀ ਤੇ ਉਹ ਵੀ ਧਿਆਨ ਰੱਖੋ ਕਿ ਤੁਸੀਂ ਮੈਡੀਕਲ ਐਡਵਾਈਸ ਰੈਗੂਲਰਲੀ ਲੈਂਦੇ ਰਹੋ। ਆਪਣਾ ਭਾਰ ਵਗੈਰਾ, ਕੋਲੇਸਟ੍ਰੋਲ, ਫੈਟ ਤੇ ਖੁਰਾਕ ਦਾ ਧਿਆਨ ਰੱਖੋ, ਇਹ ਸਾਰੀਆਂ ਚੀਜ਼ਾਂ। ਤੇ ਇਹ ਥੋੜੇ ਸਾਡੇ ਪ੍ਰਿਵੈਂਸ਼ਨ ਵਾਸਤੇ ਨੇ। ਤੇ ਜਿਹੜੇ ਜ਼ਿਆਦਾਤਰ ਦੇ ਸਟ੍ਰੋਕ ਨੇ ਉਹ ਖੂਨ ਦਾ ਦੌਰਾ ਰੁਕਣ ਕਰਕੇ ਆ, ਕਿ ਰੁਕਿਆ ਇਸ ਕਰਕੇ ਵੀ ਕੋਈ ਨਾੜਾਂ ਡੱਕਾ ਲੱਗ ਗਿਆ ਜਾਂ ਤਾਂ ਬਲੌਕ ਹੋ ਗਈ। ਇੱਕ ਹੋਰ ਤਰ੍ਹਾਂ ਦਾ ਤੁਸੀਂ ਸੁਣਿਆ ਹੋਣਾ ਵੀ ਆਪਣੇ ਕਹਿੰਦੇ ਫਲਾਣੇ ਦਿਮਾਗ ਦੀ ਨਾੜੀ ਫਟ ਗਈ। ਹਾਂਜੀ ਉਹ ਨਾੜੀ ਫਟਣ ਵਾਲਾ ਸਟ੍ਰੋਕ ਬੇਸਿਕਲੀ ਫਟਣ ਦੇ ਨਾਲ ਵੀ ਤਾਂ ਖੂਨ ਨਹੀਂ ਗਿਆ ਦਿਮਾਗ ਨੂੰ, ਤੇ ਉਹ ਹਿੱਸਾ ਬੰਦ ਹੋ ਗਿਆ। ਤੇ ਉਹ ਜਿਹੜਾ ਚੀਜ਼ ਹੈ ਉਹ ਸਲਾਈਟਲੀ ਡਿਫਰੈਂਟ ਹੈ। ਉਹਦੇ ਵਿੱਚ ਰਿਸਕ ਫੈਕਟਰ ਬਲੱਡ ਪ੍ਰੈਸ਼ਰ ਵੀ ਹੋ ਸਕਦਾ, ਪਰ ਉਸ ਤੋਂ ਇਲਾਵਾ ਕਈਆਂ ਨੂੰ ਹੈਰੀਡੇਟਰੀ ਹੈ ਵੀ ਕਿਸੇ ਦੇ ਪਰਿਵਾਰ ਸੀ ਏਦਾਂ ਦੀ ਕੋਈ ਸ਼ਿਕਾਇਤ, ਤੇ ਇਹ ਯੰਗ ਬੰਦਿਆਂ ਨੂੰ ਵੀ ਹੋ ਸਕਦਾ। ਜੀ ਫੋਰਚੁਨੇਟਲੀ ਮੈਜੋਰਿਟੀ ਜਿਹੜੇ ਨੇ ਉਹ ਦਿਮਾਗ ਦੀ ਨਾੜੀ ਫਟਣ ਵਾਲੇ ਨਹੀਂ ਕੇਸ ਹੁੰਦੇ, ਉਹ ਦੂਜੇ ਹੁੰਦੇ ਆ ਜਿਹੜੇ ਜਿਹਨਾਂ ਨੂੰ ਆਪਾਂ ਮੋਡੀਫਾਈ ਕਰ ਸਕਦੇ ਹਾਂ ਇੱਕ ਚੰਗਾ ਲਾਈਫ ਸਟਾਈਲ, ਹੈਲਥੀ ਤਰੀਕੇ ਨਾਲ ਆਪਣਾ ਰੈਗੂਲਰ ਐਕਸਰਸਾਈਜ਼ ਡਾਇਟ ਦੇ ਨਾਲ ਅਸੀਂ ਮੋਡੀਫਾਈ ਕਰ ਸਕਦੇ ਹਾਂ। ਇੱਕ ਹੋਰ ਸਟ੍ਰੋਕ ਸੁਣਨ ਚ ਆਏਗਾ ਜੇ ਆਪਾਂ ਹੁਣ ਕੋਈ ਵੀ ਗੱਲ ਕਰਦੇ ਨਾ, TIA ਵਰਡ ਯੂਜ਼ ਹੁੰਦਾ, ਉਹ ਸਟੈਂਡ ਕਰਦਾ ਟ੍ਰਾਂਜੀਐਂਟ ਯਾਨੀ ਛੋਟਾ ਜਿਹਾ ਇਸਕੀਮਿਕ ਮੇਨ ਖੂਨ ਦਾ ਦੌਰਾ ਰੁਕ ਗਿਆ ਅਟੈਕ, ਇਹ ਛੋਟਾ ਸਟ੍ਰੋਕ ਕਹਿ ਸਕਦੇ ਹਾਂ ਇਹਨੂੰ। ਬਾਏ ਡੈਫੀਨੇਸ਼ਨ ਦਾ ਮਤਲਬ ਇਹ ਕਿ ਲੱਛਣ ਉਹੀ ਸਨ ਜਿੱਦਾਂ ਮੈਂ ਪਹਿਲਾਂ ਐਕਸਪਲੇਨ ਕੀਤੇ ਆ, ਫੇਸ, ਆਰਮਸ, ਬੰਦੇ ਕੋਲ ਬੋਲਿਆ ਨਹੀਂ ਜਾ ਰਿਹਾ ਜਾਂ ਇੱਕ ਪਾਸੇ ਕੀੜੀਆਂ ਚੱਲਣ ਦੀਆਂ ਲੱਤਾਂ ਬਾਹਾਂ ਤੇ ਜੀ, ਤੇ ਹੋਰ ਜਿਹਾ ਫੀਲ ਹੋ ਰਿਹਾ। ਸੋ ਲੱਛਣ ਹੋਏ ਨੇ, ਪਰ ਇਹ ਸਾਰੇ ਲੱਛਣ ਜਿਹੜੇ ਨੇ 24 ਘੰਟੇ ਦੇ ਅੰਦਰ ਅੰਦਰ ਇਹ ਰਿਵਰਸ ਹੋ ਜਾਂਦੇ, ਪੂਰਾ ਬੰਦਾ ਰਿਕਵਰ ਕਰ ਜਾਂਦਾ। ਇਹਦਾ ਕਾਰਨ ਵੀ, ਕਾਰਨ ਮੁੱਖ ਤੌਰ ਤੇ ਉਹੀ ਹੈ ਵੀ ਖੂਨ ਦਾ ਦੌਰਾ ਰੁਕਿਆ ਸੀ, ਪਰ ਹੋ ਸਕਦਾ ਵੀ ਉਹ ਜਿਹੜਾ ਵਿੱਚ ਬਲੌਕ ਹੈ ਜਾਂ ਕਲੋਟ ਹੈ ਬਹੁਤ ਛੋਟਾ ਹੈ, ਉਹ ਤੁਰ ਪਿਆ ਖੂਨ ਦਾ ਦੌਰਾ ਆਪਣੇ ਆਪ ਤੇ ਬੰਦਾ ਠੀਕ ਹੋ ਗਿਆ। ਤੇ ਜਿਹਨਾਂ ਨੂੰ TIA ਜਾਂ ਛੋਟਾ ਸਟ੍ਰੋਕ ਹੋਇਆ ਉਹਨਾਂ 'ਚ ਬਾਅਦ 'ਚ ਵੱਡਾ ਸਟ੍ਰੋਕ ਹੋਣ ਦਾ ਰਿਸਕ ਬਹੁਤ ਜ਼ਿਆਦਾ। ਤੇ ਆਪਣੇ ਆਸਟ੍ਰੇਲੀਆ ਦੇ ਵਿੱਚ ਹਰ 10 ਮਿੰਟ 'ਚ 2 ਬੰਦਿਆਂ ਨੂੰ ਸਟ੍ਰੋਕ ਹੋ ਰਿਹਾ ਇਸ ਵੇਲੇ। ਤੇ ਜਿੰਨੀ ਕੁ ਦੇਰ ਅਸੀਂ ਗੱਲ ਕੀਤੀ 2 ਬੰਦੇ ਜਿਹੜੇ ਨੇ ਕਨਫਰਮ ਸਟ੍ਰੋਕ ਨੇ, ਸੋ ਇੰਨਾ ਕੁ ਕਾਮਨ ਹੈਗਾ ਤੇ ਉਮਰ ਜ਼ਿਆਦਾ ਓਬਵੀਅਸਲੀ ਇਹਦਾ ਰਿਸਕ ਫੈਕਟਰ ਹੈਗਾ। ਜੇ ਆਪਣੇ ਨਾਲ ਘਰ 'ਚ ਬਜ਼ੁਰਗ ਨੇ ਜਾਂ ਜਿਹਨਾਂ ਨੂੰ ਇਹ ਰਿਸਕ ਫੈਕਟਰਸ ਨੇ ਸਟ੍ਰੋਕ ਦਾ ਰਿਸਕ ਹੈ ਜਾਂ, ਤਾਂ ਉਹਨਾਂ ਬਾਰੇ ਅਸੀਂ ਇਹ ਫਾਸਟ ਬਾਰੇ ਅਵੇਅਰਨੈਸ ਰੱਖਾਂਗੇ, 000 ਨੂੰ ਕਾਲ ਕਰਾਂਗੇ। ਤੇ ਇਨ ਦਾ ਮੀਨ ਟਾਈਮ ਅਸੀਂ ਕੀ ਕਰਨਾ, ਜੇ ਉਹਨਾਂ ਨੂੰ ਸਾਹ ਲੈਣ ਦੀ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਨੂੰ ਬਿਲਕੁਲ ਲਟਾ ਕੇ ਮੂੰਹ 'ਚ ਪਾਣੀ ਵੀ ਕਰਾਉਣਾ, ਕੁਛ ਪਾਉਣ ਦੀ ਕੋਸ਼ਿਸ਼ ਕਰਨਾ, ਕਿਉਂਕਿ ਜਦੋਂ ਸਪੀਚ ਨਹੀਂ ਬੋਲੀ ਜਾ ਰਹੀ ਤੇ ਜਿਹੜਾ ਮੂੰਹ 'ਚ ਕੁਛ ਪਾ ਰਹੇ ਹਾਂ ਉਹ ਆਪਣੇ ਸਾਹ ਵਾਲੀ ਨਲੀ 'ਚ ਜਾ ਸਕਦਾ ਤੇ ਉਹ ਲੰਗਸ ਨੂੰ ਜਾ ਕੇ ਹੋਰ ਨੁਕਸਾਨ ਕਰ ਸਕਦਾ। ਸੋ ਉਹਨਾਂ ਨੂੰ ਅਲਰਟ ਰੱਖੋ ਤੇ 000 ਨੂੰ ਜਲਦੀ ਤੁਸੀਂ ਕਾਲ ਕਰਕੇ ਤੇ ਉਹਨਾਂ ਨੂੰ ਉਹੀ ਫਾਸਟ ਦੇ ਸਿਮਟਮ ਕਹੋ। ਅਗਰ ਤੁਸੀਂ ਫੋਨ ਤੇ ਇਹ ਵੀ ਕਹਿੰਦੇ ਨਾ, ਲੁੱਕ ਆਈ ਥਿੰਕ ਸੋ ਐਂਡ ਸੋ ਇਜ਼ ਹੈਵਿੰਗ ਸਟ੍ਰੋਕ, ਉਹਨਾਂ ਵਰਡ ਕੁਛ ਕੀ ਵਰਡ ਹੁੰਦੇ ਆ ਜਿਹਨਾਂ ਕਰਕੇ ਉਹ ਟ੍ਰਿਗਰ ਰਿਸਪੋਂਸ ਹੁੰਦਾ, ਉਨੀ ਛੇਤੀ ਡਿਸਪੈਚ ਕਰ ਦੇਣਾ ਤੇ ਫਿਰ ਉਹ ਤੁਹਾਨੂੰ ਦੱਸਦੇ ਨੇ ਕਿ ਮੀਨ ਟਾਈਮ ਤੁਸੀਂ ਸਾਈਡ ਤੇ ਲਟਾ ਦਿਓ ਬੰਦੇ ਨੂੰ। ਸੋ ਬਿਲਕੁਲ ਫਲੈਟ ਵੀ ਨਹੀਂ ਲਟਾਉਣਾ, ਪਰ ਇੱਕ ਪਾਸੇ ਨੂੰ ਲਟਾ ਕੇ ਉਹਦੇ ਨਾਲ ਸਾਹ ਚੱਲਦਾ ਰਹਿੰਦਾ। ਸੋ ਉਹ ਤੁਹਾਨੂੰ ਗਾਈਡ ਕਰ ਦਿੰਦੇ, ਪਰ ਉਹਨਾਂ ਰਿਸਪੋਂਸ ਉਹਨਾਂ ਦਾ ਵੀ ਤੇਜ਼ ਹੋ ਜਾਂਦਾ ਜੀ। ਸੋ ਇਹ ਹੈ ਮੋਟੇ ਤੌਰ ਤੇ ਸਟ੍ਰੋਕ ਬਾਰੇ। ਸੋ ਡਾਕਟਰ ਸਾਹਿਬ, ਜਦੋਂ ਆਪਾਂ ਜਗ੍ਹਾ ਚੇਂਜ ਹੁੰਦੀ ਆ ਉਹਦੇ ਨਾਲ ਵੀ ਕੋਈ ਫਰਕ ਪੈਂਦਾ? ਮੋਸਟਲੀ ਆਪਾਂ ਵੇਖਦੇ ਹਾਂ, ਹੋ ਸਕਦਾ ਕੋਈ ਇਹਦਾ ਰੀਜ਼ਨ ਕੋਈ ਨਾ ਹੋਵੇ, ਪਰ ਮੋਸਟਲੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਮਹਿਫਲਾਂ ਦੇ ਵਿੱਚ ਬਹਿੰਦੇ ਹਾਂ, ਤਾਂ ਸਾਡੇ ਵਿੱਚ ਇਹ ਚੀਜ਼ ਅਕਸਰ ਹੀ ਕਈ ਵਾਰੀ ਮੈਂ ਚਰਚਾ 'ਚ ਸੁਣੀ ਹੈ ਕਿ ਇੱਥੇ ਆ ਕੇ ਬਹੁਤ ਸਾਰੇ ਬਜ਼ੁਰਗਾਂ ਨੂੰ ਉਹ ਪ੍ਰੋਬਲਮ ਆਈ ਜਾਂ ਬਹੁਤ ਸਾਰੇ ਲੋਕਾਂ ਨੂੰ ਉਹ ਪ੍ਰੋਬਲਮ ਜਿਹੜੀ ਇੱਥੇ ਆ ਕੇ ਆਈ। ਹੈ ਕੋਈ ਇੱਦਾਂ ਦਾ ਰੀਜ਼ਨ ਜਾਂ ਜਸਟ? ਹਾਂਜੀ, ਡਾਇਰੈਕਟਲੀ ਨਹੀਂ ਕਹਿ ਸਕਦੇ, ਪਰ ਉਹ ਜੋ ਕਹਿ ਰਹੇ ਨੇ ਉਹਦੇ 'ਚ ਵੀ ਕੁਛ ਹੱਦ ਤੱਕ ਰਿਲੇਸ਼ਨਸ਼ਿਪ ਹੈ। ਉਹ ਕਿਸ ਤਰ੍ਹਾਂ, ਅਸੀਂ ਫਿਜ਼ੀਕਲ ਹੈਲਥ ਬਾਰੇ ਗੱਲ ਕਰਦੇ ਹਾਂ, ਜਿੱਦਾਂ ਹੁਣ ਵੀ ਮੈਂ ਬੇਸਿਕਲੀ ਫਿਜ਼ੀਕਲ ਹੈਲਥ ਹੀ ਸਮਝਾਇਆ ਵੀ ਆਰਟਰੀਆਂ ਚਰਬੀ ਜੰਮ ਗਈ ਹੈ, ਕਲੋਟ ਆਇਆ, ਬ੍ਰੇਨ ਦਾ ਆਇਆ, ਪਾਰਟ ਸਕੈਨ ਦੇ ਵਿੱਚ ਡੈਡ ਹੈ, ਦਵਾਈ ਦਿੱਤੀ, ਖੂਨ ਚੱਲ ਪਿਆ। ਮੈਂ ਸਿਰਫ ਫਿਜ਼ੀਕਲ ਹੈਲਥ ਦੀ ਗੱਲ ਕਰ ਰਿਹਾ, ਆਪਾਂ ਮਾਇੰਡ ਹੈਲਥ ਦੀ ਗੱਲ ਨਹੀਂ ਕਰ ਰਹੇ ਜੀ। ਮਾਇੰਡ ਹੈਲਥ ਨਾਲ ਜਦੋਂ ਚੇਂਜ ਹੋਈ ਲੋਕੇਸ਼ਨ ਆਪਣਾ, ਤੁਸੀਂ ਪਿੱਛੋਂ ਪੂਰਾ ਆਪਣੇ ਯਾਰ ਦੋਸਤ ਆਪਣਾ ਪਿੰਡ ਸ਼ਹਿਰ ਛੱਡ ਕੇ ਆਏ ਹੋ, ਨਵੀਂ ਥਾਂ ਤੇ ਬੋਲ ਨਹੀਂ ਰਹੇ, ਉਹ ਜਿਹੜੇ ਸਟ੍ਰੈਸ ਹਾਰਮੋਨਸ ਨੇ, ਸਟ੍ਰੈਸ ਹਾਰਮੋਨ ਵੀ ਸਾਡੇ ਬਲੱਡ ਫਲੋਸ, ਬਲੱਡ ਪ੍ਰੈਸ਼ਰ ਵਗੈਰਾ ਜਾਂ ਇਹੋ ਜਿਹੀ ਚੀਜ਼ਾਂ ਨੂੰ ਮੈਟਰ ਕਰਦੇ ਆ। ਸੋ ਇਹ ਕਨਫਰਮਡ ਹੈਗਾ ਸਾਇੰਸ ਦੇ ਵਿੱਚ ਵੀ ਕਿ ਜਿਹੜਾ ਸਟ੍ਰੈਸ ਹੈ ਇਹ ਬਿਗ ਰਿਸਕ ਫੈਕਟਰ ਹੈ ਜਾਂ ਕਾਰਡੀਓਵੈਸਕੁਲਰ ਜਾਂ ਕਈ ਤਰ੍ਹਾਂ ਦੇ ਕੈਂਸਰ ਲਈ। ਸੋ ਕਹਿ ਦੇਣਾ ਤਾਂ ਬਹੁਤ ਸੌਖਾ ਵੀ ਤੁਹਾਨੂੰ ਤੰਗੀ ਕੀ, ਇੱਥੇ ਸਾਰਾ ਜਿਹਨੂੰ ਵਧੀਆ ਘਰ ਬਾਰ ਹੈ, ਤੁਸੀਂ ਖੁਸ਼ ਰਹੋ, ਪਰ ਉਹ ਅਸੀਂ ਉਹਨਾਂ ਦੀ ਜਿਹੜੀ ਮਾਨਸਿਕ ਸਿਚੁਏਸ਼ਨ ਨਹੀਂ ਸਮਝ ਸਕਦੇ। ਸੋ ਉਸ ਹੱਦ ਤੱਕ ਮੈਂ ਥੋੜ੍ਹਾ ਕੁਝ ਸੋਚ ਸਕਦਾ ਵੀ ਇਹਦਾ ਰਿਲੇਸ਼ਨਸ਼ਿਪ ਹੋਏਗਾ, ਪਰ ਡਾਇਰੈਕਟਲੀ ਨਹੀਂ।
ਡਾਇਰੈਕਟਲੀ ਨਹੀਂ ਪਰ ਇਨਡਾਇਰੈਕਟਲੀ ਉਹ ਚੀਜ਼ਾਂ ਹਾਂਜੀ ਹੈਗੀਆਂ ਨੇ। ਸੋ ਹਾਂਜੀ, ਇਹ ਕਿਉਂਕਿ ਮਾਈਂਡ ਹੈਲਥ ਨੂੰ ਵੀ ਖੁਸ਼ ਰੱਖਣਾ ਉਨਾ ਜ਼ਰੂਰੀ ਹੈ, ਅਤੇ ਇਹ ਵੀ ਤੁਸੀਂ ਦੇਖੋਗੇ ਵੀ ਜੇ ਜਨਰਲੀ ਜਿਨ੍ਹਾਂ ਦੇ ਬੰਦੇ ਖੁਸ਼ ਨੇ, ਆਪਣੇ ਬਲੱਡ ਪ੍ਰੈਸ਼ਰ ਕੋਲੈਸਟ੍ਰੋਲ ਅਗਰ ਕੋਈ ਹੈ ਵੀ ਸ਼ਿਕਾਇਤ, ਤਾਂ ਉਹ ਰੈਗੂਲਰਲੀ ਦਵਾਈਆਂ ਲੈ ਕੇ ਆਪਣਾ ਖੂਨ ਪਤਲੇ ਕਰਨ ਵਾਸਤੇ ਵੀ ਕਈ ਲੋਕੀ ਦਵਾਈ ਲੈਂਦੇ ਆ ਐਸਪਰੀਨ ਵਰਗੀ, ਜੀ ਤੋ ਉਹਦੇ ਨਾਲ ਉਹ ਉਹਨਾਂ ਦੀ ਸਿਹਤ ਜਿਹੜੀ ਕਈ ਸਾਲਾਂ ਤੱਕ ਵਧੀਆ ਚੱਲਦੀ ਆ। ਜੀ ਸੋ ਇਹ ਤਾਂ ਹੋ ਗਿਆ ਉਸ ਤੋਂ ਪਹਿਲਾਂ ਪਹਿਲਾਂ ਜਾਂ ਜੇ ਹੋ ਗਿਆ ਤਾਂ ਕਿਹੜੇ ਤਰੀਕੇ ਦੇ ਨਾਲ ਸਾਨੂੰ ਪਤਾ ਲੱਗੇ ਕਿ ਆਪਾਂ ਐਕਸ਼ਨ ਲੈਣਾ ਉਹਦਾ। ਹੁਣ ਤੋਂ ਬਾਅਦ ਵਿੱਚ ਜਦੋਂ ਮੰਨ ਲਓ ਟ੍ਰੀਟਮੈਂਟ ਹੋ ਚੁੱਕਾ ਵਾ, ਘਰ ਆ ਗਿਆ ਵਾ ਬੰਦਾ, ਉਸ ਤੋਂ ਬਾਅਦ ਵੀ ਕੋਈ ਇੱਦਾਂ ਦੀਆਂ ਸਾਨੂੰ ਧਿਆਨ ਰੱਖਣ ਵਾਲੀਆਂ ਚੀਜ਼ਾਂ ਨੇ ਖਾਸ? ਹਾਂਜੀ, ਸੋ ਆਮ ਤੌਰ ਤੇ ਜਿੱਥੇ ਤੇ ਕਲੋਟਸ ਨੇ ਜਾਂ ਬਲੋਕੇਜ ਹੋਈ ਸੀ ਨਾ, ਤੋ ਤੁਹਾਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਪ੍ਰਿਸਕ੍ਰਾਈਬ ਕਰਨਗੇ। ਉਹਨਾਂ ਦੇ ਵਿੱਚ ਹੋ ਸਕਦਾ ਕੋਲੈਸਟ੍ਰੋਲ ਦੀ ਖੂਨ ਪਤਲਾ ਕਰਨ ਵਾਲੀ ਦਵਾਈ ਵੀ ਹੋਵੇ, ਤੇ ਨਾਲੇ ਨਾ ਉਹ ਜਿਹੜੀ ਨੈਕ ਦੀਆਂ ਨਾੜੀਆਂ ਖੂਨ ਲੈ ਕੇ ਜਾ ਰਹੀਆਂ ਉੱਤੇ ਦਿਮਾਗ ਵੱਲ, ਉਹਨਾਂ ਦੀ ਅਲਟਰਾਸਾਊਂਡ ਕਰਦੇ ਨੇ, ਤੇ ਉਹਦੇ ਵਿੱਚ ਵੀ ਅਗਰ ਬਲੋਕੇਜ ਹੈ ਤਾਂ ਫਿਰ ਬਾਅਦ ਚੋਂ ਉਹਦਾ ਆਪਰੇਸ਼ਨ ਕਰਕੇ ਉਹ ਬਲੋਕੇਜ ਵੀ ਖੋਲਣੀ ਜ਼ਰੂਰੀ ਹੈ, ਨਹੀਂ ਤਾਂ ਫਿਰ ਉਹੀ ਸਮੱਸਿਆ ਰਹਿਣੀ ਹੈ, ਥੱਲਿਓਂ ਕਲੋਟਸ ਉੱਤੇ ਨੂੰ ਜਾ ਰਹੇ ਨੇ ਤੇ ਉਹਨੇ ਫਿਰ ਬਾਰ ਬਾਰ ਬੰਦ ਕਰਦੇ ਰਹਿਣਾ। ਤੋ ਇਹ ਸਾਰੀਆਂ ਚੀਜ਼ਾਂ ਪੋਸਟ ਸਟ੍ਰੋਕ ਰਿਕਵਰੀ ਪ੍ਰੋਗਰਾਮ ਦੇ ਵਿੱਚ ਰੀਹੈਬ ਵੀ ਹੋਏਗੀ। ਕਈਆਂ ਨੂੰ ਰੀਹੈਬਲੀਟੇਸ਼ਨ ਬੜੀ ਥੋੜ੍ਹੀ ਦੇਰ ਚਾਹੀਦੀ ਹੁੰਦੀ, ਕਈਆਂ ਨੂੰ ਜ਼ਿਆਦਾ ਦੇਰ, ਕਈਆਂ ਨੂੰ ਘਰ ਦੇ ਵਿੱਚ ਆ ਕੇ ਫਿਜ਼ੀਓ ਦੇਖ ਜਾਂਦਾ। ਸੋ ਉਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਵੀ ਆਪਣਾ ਬਾਅਦ 'ਚੋਂ ਵੀ ਲਾਈਫ ਸਟਾਈਲ ਜਿਹੜਾ ਜਿੰਨਾ ਵੀ ਪੋਸੀਬਲ ਹੋ ਸਕਦਾ, ਐਕਟੀਵਿਟੀ, ਆਪਣਾ ਹਾਈਟ, ਆਪਣੀ ਹਾਈਟ ਨਹੀਂ ਵੇਟ ਜਿਹੜਾ, ਔਰ ਡਾਇਟ, ਇਹ ਚੀਜ਼ਾਂ ਦਾ ਧਿਆਨ ਰੱਖਣਾ ਜਿੱਦਾਂ ਕਿ ਉਹਨਾਂ ਤੁਹਾਨੂੰ ਮੈਡੀਕਲੀ ਐਡਵਾਈਸ ਕੀਤਾ ਜਾਂਦਾ। ਸੋ ਸਾਰੇ ਪ੍ਰਕੋਸ਼ਨ ਲੈਣੇ ਉਨੇ ਹੀ ਜ਼ਰੂਰੀ ਹੈ। ਟੀ ਆਈ ਏ ਵਾਲੇ ਜਿਹੜੇ ਖਾਸ ਤੌਰ ਤੇ, ਉਹਨਾਂ ਨੂੰ ਮੈਂ ਕਹਾਂਗਾ ਜਿੰਨਾ ਛੋਟਾ ਸਟ੍ਰੋਕ ਹੁੰਦਾ ਉਹ ਰਿਕਵਰ ਹੋ ਜਾਂਦੇ, ਤੇ ਉਹ ਥੋੜ੍ਹੀ ਅਣਗਹਿਲੀ ਕਰ ਜਾਂਦੇ ਨੇ, ਪਰ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਛੋਟੇ ਸਟ੍ਰੋਕ ਤੋਂ ਬਾਅਦ ਪੂਰੇ ਵੱਡੇ ਸਟ੍ਰੋਕ ਹੋਣ ਦਾ ਰਿਸਕ ਬਹੁਤ ਜ਼ਿਆਦਾ, ਤੇ ਕਾਫੀ ਲੋਕਾਂ 'ਚ ਇਹ ਵੀ ਹੁੰਦਾ ਕਿ ਰਿਕਵਰੀ ਹੁੰਦੀ ਨਹੀਂ, ਇੱਕ ਪਾਸਾ ਹੀ ਮਰ ਜਾਂਦਾ, ਜੀ, ਤੇ ਉਹ ਫਿਰ ਤੁਰਦੇ ਵੀ ਉਹਨਾਂ ਦੇ ਬਹੁਤ ਘੱਟ ਤੁਰ ਸਕਦੇ ਨੇ। ਫਿਜ਼ੀਓ ਕਰਕੇ ਰਿਕਵਰੀ ਥੋੜ੍ਹੀ ਹੋ ਜਾਂਦੀ, ਪਰ ਪੂਰੀ ਵੀ ਨਹੀਂ ਕਈ ਵਾਰੀ ਹੁੰਦੀ। ਤਾਂ ਇਸ ਕਰਕੇ ਪ੍ਰਕੋਸ਼ਨ ਆਪਣੇ ਬਲੱਡ ਪ੍ਰੈਸ਼ਰ, ਲਾਈਫ ਸਟਾਈਲ, ਡਾਇਟ, ਵੇਟ, ਇਹ ਸਾਰੀਆਂ ਚੀਜ਼ਾਂ, ਡਾਇਬਿਟੀਜ਼ ਅਗਰ ਉਹਦਾ ਵੀ ਪੂਰਾ ਧਿਆਨ ਰੱਖਣ, ਖੁਰਾਕ ਵਗੈਰਾ ਦਾ ਵੀ, ਤੇ ਉਹ ਉਹਦੇ ਨਾਲ ਫਿਰ ਅਸੀਂ ਅਗਲਾ ਸਟ੍ਰੋਕ ਬਚਾ ਸਕਦੇ ਹਾਂ, ਨਹੀਂ ਤੇ ਅਗਲਾ ਸਟ੍ਰੋਕ ਹੋਣ ਦਾ ਰਿਸਕ ਵੱਧ ਜਾਂਦਾ ਬਹੁਤ ਜ਼ਿਆਦਾ। ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ।